ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਇੰਚਾਰਜ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਰਣਧੀਰ ਸਿੰਘ ਭਾਰਜ, ਸਿਟੀ ਸਰਕਲ ਪ੍ਰਧਾਨ ਰਵਿੰਦਰ ਨਿੱਕਾ, ਸਰਕਲ ਸਤਰ ਪ੍ਰਧਾਨ ਭੁਪਿੰਦਰ ਸਿੰਘ, ਸਰਕਲ ਪ੍ਰਧਾਨ ਬਾਗਪੁਰ ਅਤੇ ਪਰਮਜੀਤ ਕੌਰ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਲਾਲੀ ਬਾਜਵਾ ਨੇ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਦੇ ਹਿੱਤ ਦੇ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ। ਗੁਰਜੀਤ ਸੋਨੂੰ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਗੋਪੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਸ਼ਿਆਰਪੁਰ ਦੇ ਜੋ ਸਰਕਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਲੱਗੇ ਨੇ, ਉਹਨਾਂ ਦਾ ਸਨਮਾਨ ਕੀਤਾ ਹੈ। ਰਵਿੰਦਰ ਨਿੱਕਾ ਜੀ ਜਿਹੜੇ ਕਿ ਹੁਸ਼ਿਆਰਪੁਰ ਸਦਰ ਦੇ ਸਰਕਲ ਪ੍ਰਧਾਨ ਨੇ, ਉਹਨਾਂ ਦਾ ਸਨਮਾਨ ਹੋਇਆ। ਸਾਡੇ ਛੋਟਾ ਵੀਰ ਭਾਰਜ ਜੋ ਕਿ ਹੁਸ਼ਿਆਰਪੁਰ ਸਿਟੀ 2 ਦੇ ਸਰਕਲ ਪ੍ਰਧਾਨ ਲੱਗੇ ਨੇ, ਉਹਨਾਂ ਦਾ ਸਨਮਾਨ ਹੋਇਆ। ਅਤੇ ਮੇਰਾ ਛੋਟਾ ਵੀਰ ਆਪਣਾ ਭੁਪਿੰਦਰ ਸਿੰਘ ਜੋ ਕਿ ਬਾਗਪੁਰ ਤੋਂ ਸ਼ਾਮ 84 ਹਲਕੇ 'ਚੋਂ ਸਰਕਲ ਪ੍ਰਧਾਨ ਲੱਗੇ ਨੇ, ਉਹਨਾਂ ਦਾ ਸਨਮਾਨ ਕੀਤਾ। ਕੱਲ੍ਹ ਜਿਹੜੇ ਦੋ ਸਾਡੇ ਪ੍ਰਧਾਨ ਸਾਹਿਬ ਹੁਸ਼ਿਆਰਪੁਰ ਦੇ ਲੱਗੇ ਸੀ, ਸਰਦਾਰ ਜਗਤਾਰ ਸਿੰਘ ਜੀ ਜੋ ਜਹਾਨ ਖੇਲਾਂ ਤੋਂ ਸੀ, ਉਹਨਾਂ ਦਾ ਸਨਮਾਨ ਹੋਇਆ ਸੀਗਾ। ਸਾਰੀ ਜਥੇਬੰਦੀ ਆਈ ਸੀ। ਸਾਡਾ ਛੋਟਾ ਵੀਰ ਵੱਡਾ ਬਿਕਰਮ ਕਲਸੀ ਜੋ ਕਿ ਹੁਸ਼ਿਆਰਪੁਰ ਸਿਟੀ 1 ਦੇ ਪ੍ਰਧਾਨ ਲੱਗੇ ਨੇ, ਉਹਨਾਂ ਦਾ ਸਨਮਾਨ ਕੀਤਾ ਸੀ। ਉਹ ਪਾਰਟੀ ਦਾ ਜੋ ਆਉਣ ਵਾਲੇ ਸਮੇਂ 'ਚ ਜਿਹੜੀ ਮਜ਼ਬੂਤੀ ਦੇ ਲਈ ਸਾਰਿਆਂ ਨੇ ਰਲ ਕੇ ਜਿਹੜਾ ਉਹ ਚੱਲ ਕੇ ਪਾਰਟੀ ਨੂੰ ਹੋਰ ਜਿਹੜਾ ਮਜ਼ਬੂਤ ਕਰਨਾ ਹੈ, ਕਿਸੇ ਵੀ ਧੜੇਬੰਦੀ ਤੋਂ ਬਗੈਰ ਜਿਹੜੇ ਵੀ ਵਧੀਆ ਇਨਸਾਨ ਨੇ ਉਹਨਾਂ ਸਾਰਿਆਂ ਨੂੰ ਆਪਾਂ ਜਿਹੜੇ ਪਾਰਟੀ ਲਈ ਕੰਮ ਕਰਦੇ ਆ ਉਹਨਾਂ ਨੂੰ ਹੋਰ ਤਾਕਤ ਬਖਸ਼ ਕੇ ਜਿਹੜੀ ਹੈ ਉਹ ਪਾਰਟੀ ਦੇ ਚੰਗੇ ਕੰਮ ਦੇ ਲਈ ਉਹਨਾਂ ਨੇ ਆਉਣ ਵਾਲੀਆਂ ਅਗਲੀਆਂ ਲੋਕ ਸਭਾ ਇਲੈਕਸ਼ਨ ਦੇ ਲਈ, ਅਗਲੀਆਂ ਅਸੈਂਬਲੀ ਇਲੈਕਸ਼ਨ ਦੇ ਲਈ ਇਹਨਾਂ ਨੇ ਆਪਣੀ ਜਥੇਬੰਦੀ ਬਣਾਉਣੀ ਹੈ। ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਸਰਕਲ ਪ੍ਰਧਾਨਾਂ ਨੂੰ ਕਿ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਜਲਦ ਤੋਂ ਜਲਦ ਜਿਹੜਾ ਉਹ ਆਪਣੀ ਜਥੇਬੰਦੀਆਂ ਜਿਹੜੀਆਂ ਆਪਾਂ ਬਣਾਈਏ, ਚਾਹੇ ਉਹ ਪਿੰਡਾਂ 'ਚ ਆ ਚਾਹੇ ਸ਼ਹਿਰ 'ਚ ਆ। ਅਸੀਂ ਵੀ ਜਿੱਥੇ ਵੀ ਇਹ ਕਹਿਣਗੇ ਆਪਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਿਨਾਂ ਧੜੇਬੰਦੀ ਤੋਂ ਸਾਰੇ ਜਾਣੇ ਇਕੱਠੇ ਹੋ ਕੇ ਉਹਦੇ ਲਈ ਆਪਾਂ ਆਪਣਾ ਯੋਗਦਾਨ ਪਾਵਾਂਗੇ। ਅਸੀਂ ਪਾਰਟੀ ਹਾਈਕਮਾਂਡ ਦਾ, ਹੁਸ਼ਿਆਰਪੁਰ ਦੀ ਸਾਰੀ ਲੀਡਰਸ਼ਿਪ ਦਾ, ਲੱਖੀ ਹੋਣਾ ਦਾ ਅਤੇ ਹੋਰ ਸਾਰੇ ਸਾਡੇ ਸਤਿਕਾਰਯੋਗ SGPC ਦੇ ਪ੍ਰਧਾਨ ਆਪਣੇ ਧਾਮੀ ਸਾਹਿਬ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਪਾਰਟੀ ਨੂੰ ਮਜ਼ਬੂਤੀ ਲਈ ਸਾਰੇ ਜਾਣੇ ਆਪਾਂ ਇਕੱਠੇ ਹੋ ਕੇ ਉਹਨਾਂ ਦੇ ਨਾਲ ਹੋ ਕੇ ਜਿੰਨੇ ਵੀ ਇਹ ਜਥੇਬੰਦੀ ਇੱਥੇ ਸਾਡੇ ਆਈ ਹੈ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਲੰਬੇ ਸਮੇਂ ਤੋਂ ਔਖੇ ਟਾਈਮ ਦੇ ਵਿੱਚ ਵੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਬੜਾ ਵੱਡਾ ਯੋਗਦਾਨ ਜਿਹੜਾ ਇਹਨਾਂ ਸਾਰਿਆਂ ਨੇ ਪਾਇਆ। ਮੈਂ ਆਪਣੀ ਭੈਣ ਪਰਮਜੀਤ ਕੌਰ ਉਹਨਾਂ ਨੂੰ ਧੰਨਵਾਦ ਕਰਦਾ ਕਿ ਜਿੱਥੇ ਉਹਨਾਂ ਨੇ ਬੜੇ ਅਹਿਮ ਅਹੁਦੇ ਤੋਂ ਰਿਟਾਇਰ ਹੋਏ ਨੇ FCI 'ਚੋਂ ਮੈਨੇਜਰ, ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦੀਆਂ ਪੋਲਿਸੀਜ਼ ਦੇ ਨਾਲ ਉਹਨਾਂ ਦੇ ਨਾਲ ਜਿੱਥੇ ਇਹਨਾਂ ਦੇ ਵਿੱਚ ਪਹਿਲਾਂ ਵੀ ਸੀਗਾ ਹੁਣ ਵੀ ਇਹ ਪਾਰਟੀ ਲਈ ਕੰਮ ਕਰਨਾ ਦੇ ਲਈ ਇਹਨਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਹੈ। ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ ਕਿ ਇਹੋ ਜਿਹੇ ਲਾਇਕ ਜਿਹੜੇ ਆ ਜਿਹੜੇ ਵੱਡੇ ਅਹੁਦਿਆਂ ਤੋਂ ਰਿਟਾਇਰਡ ਹੋਏ ਆ ਉਹ ਪਾਰਟੀ ਦੇ ਲਈ ਕੰਮ ਕਰਨਗੇ। ਅਸੀਂ ਇਹਨਾਂ ਨੂੰ ਜੀ ਆਇਆਂ ਵੀ ਆਖਦੇ ਹਾਂ, ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ।